ਹਰੋ ਦਫ਼ਤਰ ਜਿੱਥੋਂ ਲੋਕਾਂ ਨੂੰ ਕੋਈ ਰਾਹਤ ਮਿਲਣੀ ਹੈ ਅਜੋ ਪੈਸੇ ਨਾਲ ਵੇਚਿਆ ਜਾ ਰਿਹਾ ਬਿਨਾਂ ਪੈਸੇ ਤੇ ਤੁਸੀਂ ਕਿਸੇ ਕੰਮ ਲਈ ਜਾਓ ਜਾਇਜ਼ ਕੰਮ ਵੀ ਤੁਹਾਡਾ ਹੁੰਦਾ ਨਹੀਂ ਤੁਹਾਡੇ ਬੱਚੇ ਇੱਥੋਂ ਦੇ ਭੱਜੇ ਜਾ ਰਹੇ ਨੇ ਕਿਸੇ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ ਸਾਰੇ ਹਾਈਟਸ ਕਰਕੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਨੇ 50-50 ਲੱਖ ਰੁਪਇਆ ਫੀਸਾਂ ਦਾ ਨਾਲ ਲੈ ਜਾਂਦੇ ਨੇ ਅਸਲ ਵਿੱਚ ਤੁਹਾਡੀ ਨਸਲ ਖੁਸ਼ੀ ਹੈ पंजाब विधानसभा चोणां नूं लैके सियासी पार्टियां पब्बां भर होईआं पईआं ने उहनां दे वल्लों आपो अपने उम्मीदवार लगातार चोण मैदान दे विच उतारे जा रहे ने ते कई उम्मीदवारां वल्लों नामजदगी पत्र भी भरे जा रहे ने इस सब विचकार गल करिए संयुक्त समाज मोर्चे दी तां संयुक्त समाज मोर्चे दे वल्लों हुण तक 110 दे करीब उम्मीदवार ऐलान दित्ते गए ने इस दे नाल ही हुण तुहानूं दस दईए कि इन्हां उम्मीदवारां दे वल्लों डोर टू डोर प्रचार भी शुरू कर दिया गया है तुहानू दस दी कि बलबीर सिंह राजेवाल वालों डोर टू डोर जाके प्रचार किया जा रहा है अते लोकां नू जागरूक करन दी कोशिश की जा रही है वीडियो च दिखे जा सकदा है कि बलबीर सिंह राजेवाल लोकां नू अपील करते हुए नजर आ रहे हैं कि जिस तरह किसान अंदोलन लई लोकां ने समर्थन किया उस तरह पंजाब बचाओ अंदोलन दे विच उन्हां दी पार्टी नू समर्थन दिता जाए तहसीलां दे दफ्तर बकाऊ ने हर दफ्तर जिथों लोकां नूं कोई राहत मिलनी है अजो पैसे नाल बेचिया जा रहा बिना पैसे ते तुसीं किसी काम लई जाओ जायज काम भी तुहाडा हुंदा नहीं इन्हां गल्लां दे विरोध लई ਇਹ ਗੰਦ ਕੱਢਣ ਲਈ ਮੋਰਚੇ ਵਿੱਚ ਸਾਡੀ ਡਿਊਟੀ ਲਾਈ ਗਈ ਭਈ ਤੁਸੀਂ ਆਓ ਮੈਦਾਨ 'ਚ ਮਿੱਤਰੋ ਔਰ ਇਸ ਗੰਦ ਨੂੰ ਕੱਢੋ ਪੰਜਾਬ ਵਿੱਚ ਇੱਕ ਤਬਦੀਲੀ ਦੀ ਹਵਾ ਚੱਲਣ ਲੱਗੀ ਹੈ ਹਾਲੇ ਪਹਿਲੀ ਤਰੀਕ ਤੱਕ ਨਾਮਜ਼ਦਗੀ ਕਾਗਜ਼ ਭਰੇ ਜਾਣੇ ਨੇ ਪੋਲੀਟੀਕਲ ਪਾਰਟੀਆਂ ਨੂੰ ਇੰਨਾ ਖਤਰਾ ਹੋ ਗਿਆ ਤੇ ਸਾਨੂੰ ਉਹ ਦਿੱਲੀ ਹਰ ਰੋਜ਼ ਸਾਰਿਆਂ ਨੂੰ ਵਕੀਲ ਬਿਠਾਏ ਹੋਏ ਆ ਸਾਡੇ ਉਮੀਦਵਾਰ ਪੁੱਛੀ ਜਾਂਦੇ ਆ ਵੀ ਚੋਣ ਨਿਸ਼ਾਨ ਸਾਡੇ ਚੋਣ ਨਿਸ਼ਾਨ ਤੇ ਇਤਰਾਜ਼ ਕਰੀ ਜਾਂਦੇ ਆ ਇੰਨੀ ਕੰਪਨੀ ਛੜੀ ਹੈ ਹੋਰ ਜਿਵੇਂ ਕੋਈ ਕੰਮ ਹੀ ਨਹੀਂ ਹੁੰਦਾ ਦਿੱਲੀ ਬੈਠੇ ਨੇ ਤਾਂ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਸਾਰਿਆਂ ਨੂੰ ਬਾਹਰ ਨਿਕਲਣਾ ਪਏਗਾ ਜਿਵੇਂ ਤੁਸੀਂ ਦਿੱਲੀ ਅੰਦੋਲਨ ਜਿੱਤਣ ਲਈ ਪੱਬਾਂ ਭਾਰ ਹੋਏ ਸੀ ਉਸੇ ਤਰ੍ਹਾਂ ਹੋਣਾ ਪਏਗਾ ਇੱਕ ਨਵਾਂ ਅੰਦੋਲਨ ਹੈ ਇਹ ਨਵੇਂ ਸਿਰੇ ਪੰਜਾਬ ਬਚਾਓ ਅੰਦੋਲਨ ਚੱਲਿਆ ਇਹਦੇ ਵਿੱਚ ਵੱਧ ਤੋਂ ਵੱਧ ਹਰ ਇੱਕ ਨਾਗਰਿਕ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਲੁੱਟ ਮਚੀ ਹੈ ਤੁਹਾਡੇ ਬੱਚੇ ਇੱਥੋਂ ਦੇ ਭੱਜੇ ਜਾ ਰਹੇ ਨੇ ਕਿਸੇ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ ਸਾਰੇ ਹਾਈਟਸ ਕਰਕੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਨੇ 50-50 ਲੱਖ ਰੁਪਇਆ ਫੀਸਾਂ ਦਾ ਨਾਲ ਲੈ ਜਾਂਦੇ ਨੇ ਅਸਲ ਵਿੱਚ ਤੁਹਾਡੀ ਨਸਲ ਖੁਸ਼ੀ ਹੈ ਤੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹ ਆਪਣੀ ਸਭ ਦੀ ਲੜਾਈ ਹੈ ਤੁਸੀਂ ਜਿਹੜੇ ਆ ਰਹੇ ਹੋ ਮੈਨੂੰ ਪਤਾ ਹੈ ਸਾਰੇ ਮੇਰੇ ਹਮਦਰਦੀ ਆਏ ਹੋ ਸਾਰਿਆਂ ਨੂੰ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸੰਯੁਕਤ ਸਮਾਜ ਮੋਰਚੇ ਦਾ ਵੱਧ ਤੋਂ ਵੱਧ ਸਮਰਥਨ ਕੀਤਾ ਜਾਵੇ ਉਹਨਾਂ ਵੱਲੋਂ ਵਿਰੋਧੀ ਪਾਰਟੀਆਂ 'ਤੇ ਵੀ ਖੂਬ ਨਿਸ਼ਾਨੇ ਸਾਧੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ 'ਚ ਜਾ ਰਹੇ ਨੇ ਅਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਨਸ਼ਲਕੁਸ਼ੀ ਹੋ ਰਹੀ ਹੈ ਅਤੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਨੇ ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਗੰਦ ਨੂੰ ਕੱਢਿਆ ਜਾ ਸਕੇ ਅਤੇ ਰਵਾਇਤੀ ਪਾਰਟੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ